ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅਸੀਂ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਹਾਂ ਜੀ ਹੁਣ ਦੇ ਪਹਿਲੇ ਵੱਡੀ ਖਬਰ ਦੇ ਵੱਲ ਪੰਜਾਬ ਯੂਨੀਵਰਸਿਟੀ ਪਯੂ ਬੈਚ ਦਾ ਦਾਖਲੇ ਨੂੰ ਲੈ ਕੇ ਆਪਸ ਵਿੱਚ ਪੀੜੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਪਯੂ ਬੈਚ ਦਾ ਦੋ ਵਿਦਿਆਰਥੀ ਆਗੂਆਂ ਵਿਚਾਲੇ ਹੋਏ ਬਿਵਾਦ ਦਾ ਕਾਮੀ ਆਜਾ NSUI ਨੂੰ ਭਗਤਨਾ ਪਿਆ ਦੇਰਾ ਦਾ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ SOI ਨੇ NSUI ਤੋਂ ਗੱਠ ਜੋੜਾ ਤੋੜ ਦਿੱਤਾ ਹੋਣਾ SOI ਨੇ INSO ਅਤੇ HPSU ਦੇ ਨਾਲ ਇੱਕ ਨਵਾਂ ਗੱਠ ਜੋੜ ਬਣਾਇਆ ਤੇ ਅੱਦੇ ਨਾਲ ਹੀ NSUI ਨੇ ਸਾਫ਼ ਕਰ ਦਿੱਤਾ ਕਿ ਹੁਣ ਉਹ ਸਿਰਫ ਇੱਕ ਰਾਸ਼ਟਰਪਤੀ ਦੀ ਸੀਟ ਹੀ ਚੋਣਾਂ ਲੜਨਗੇ NSUI ਦੇ ਵਿਦਿਆਰਥੀ ਆਗੂਆਂ ਦੇ ਵਿੱਚ ਦਿਨ ਵੇਲੇ ਹੋਏ ਝਗੜੇ ਦੇ ਕਾਰਨ ਅჯਾਹਾ ਹੋਇਆ। ਜਲੰਧਰ ਵਿੱਚ ਹੁਣ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਦੀ ਖੈਰ ਨਹੀਂ ਲਿਆ ਗਿਆ ਇਹ ਵੱਡਾ ਫੈਸਲਾ। ਜਲੰਧਰ ਵਿੱਚ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਦੀ ਹੁਣ ਖੈਰ ਨਹੀਂ ਆ ਬਹਣ ਦਾ ਚਲਾਨ ਕੱਟਣ ਤੇ ਹੁਣ ਅਦਾਲਤ ਵਿੱਚ ਨਹੀਂ ਸਕੋ। ਮੌਕੇ ਤੇ ਹੀ ਆਪਣੀ ਜੇਬਾ ਟੇਲੇ ਕਰਕੇ ਜੁਰਮਾਨਾ ਭਰਨਾ ਪਵੇਗਾ। ਹੁਣ ਜਲੰਧਰ ਸ਼ਹਿਰ ਦੇ ਵਿੱਚ ਟ੍ਰੈਫਿਕ ਨਿਯਮਾਂ ਦੇ ਉਲੰਘਣਾ ਕਰਨ ਤੇ ਈ ਚਲਾਨ ਹੋਵੇਗਾ ਜਿਸ ਤਹਿਤ ਹੁਣ ਪੁਲਿਸ ਚਲਾਨ ਅਦਾਲਤ ਵਿੱਚ ਨਹੀਂ ਭੇਜੇਗੀ ਸਗੋਂ ਮੌਕੇ ਤੇ ਹੀ ਨਿਯਮਾਂ ਦੇ ਉਲੰਘਣਾ ਕਰਨ ਵਾਲੇ ਵਿਅਕਤੀ ਤੋਂ ਆਨਲਾਈਨ ਜੁਰਮਾਨਾ ਵਸੂਲਿਆ ਕਰੇਗੀ ਚਲਾਨ ਕੱਟਣ ਤੋਂ ਬਾਅਦ ਮੌਕੇ ਤੇ ਈ ਪੇਮੈਂਟ ਦਾ ਕੰਮ ਹੋਵੇਗਾ ਪੰਜਾਬ ਟ੍ਰੈਫਿਕ ਦੇ ਏ ਡੀ ਜੀ ਪੀ ਏ ਐਸ ਆਰ ਆਈ ਨੇ ਜਲੰਧਰ ਕਮਿਸ਼ਨਰ ਰੇਟਾ ਪੁਲਿਸ ਨੂੰ ਜਲੰਧਰ ਸ਼ਹਿਰ ਦੇ ਵਿੱਚ ਤਨਾਤ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੂੰ 30 ਈ ਚਲਾਨ ਜਨਰੇਟ ਕਰਨ ਵਾਲੀਆਂ ਪਾਜ ਮਸ਼ੀਨਾ ਅਲਰਟ ਕਿਤੇ ਹਨ ADGP AS ਰਾਏ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮਸ਼ੀਨਾ ਦੀ ਵੰਡ ਤੋਂ ਬਾਅਦ ਇੱਕ ਆ ਵਰਚੁਅਲ ਮੀਟਿੰਗ ਵੀ ਕੀਤੀ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੋ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਹਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਮਹਿੰਗਾਈ ਰੋਕਣ ਦੇ ਲਈ ਸੰਪਰਕ ਵਿੱਚ ਜਹਾਨ ਸਰਕਾਰ ਤੇ ਆਰਬੀਆਈ ਕੇਂਦਰੀ ਬੈਂਕ ਦੇ ਨਾਲ ਲਗਾਤਾਰ ਕੀਤਾ ਜਾ ਰਿਹਾ ਵਿਚਾਰ ਵਟਾਂਦਰਾ ਕਈ ਸੁਭਾ ਨੇ ਬੈਠਾ ਚੂਣਾ ਹੋਣ ਵਾਲੀਆਂ ਹਨ ਤੇ ਐਸਾ ਦਰਮਿਆਨ ਮਹਿੰਗਾਈ ਵਧਣ ਦਾ ਖਤਰਾ ਮੜ ਵੱਧ ਗਿਆ ਤੇ ਐਸਾ ਹਾਲਤ ਵਿੱਚ ਸਰਕਾਰ ਕੋਈ ਵੀ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਉਹ ਹੁਣੇ ਤੋਂ ਆਰਬੀ ਦੇ ਸੰਪਰਕ ਵਿੱਚ ਹੈ ਕਿ ਕਿਵੇਂ ਮਹਿੰਗਾਈ ਦੀ ਸਥਿਤੀ ਵਿਗੜਨ ਤੋਂ ਪਹਿਲਾਂ ਇहतਿਆਤੀ ਕਦਮ ਚੁੱਕੇ ਜਾਣ ਆਰਬੇ ਦੇ ਕੇਂਦਰੀ ਬੋਰਡ ਦੀ ਬੀਤੇ ਸ਼ੁੱਕਰਵਾਰ ਹੋਈ ਬੈਠਕ ਵਿੱਚ ਵੀ ਮਹਿੰਗਾਈ ਦੇ ਵੱਡੇ ਪੱਧਰ ਤੇ ਚਰਚਾ ਹੋਈ। ਕੇਂਦਰੀ ਬੋਰਡ ਦੇ ਇਸ ਬੈਠਕ ਵਿੱਚ ਘਰੇਲੂ ਤੇ ਆਲਮੀ ਹਾਲਾਤ ਦੇ ਦੇਖਦੇ ਮਹਿੰਗਾਈ ਤੇ ਪੈਣ ਵਾਲੇ ਸੰਭਾਵਿਤ ਅਸਰ ਦੀ ਸਮੀਖਿਆ ਕੀਤੀ ਗਈ। ਦੇਖਦੇ ਜ਼ਿਆਦਾਤਰ ਇਲਾਕਿਆਂ ਵਿੱਚ ਆਸਾਧਾਰਨ ਮੌਨਸੂਨ ਤੇ ਇਸ ਦੇ ਨਾਲ ਖੁਰਾਕੀ ਤੇ ਖੇਤ ਦੂਜੇ ਖੇਤਰਾਂ ਵਿੱਚ ਮਹਿੰਗਾਈ ਵਧਣ ਦੀ ਸੰਭਾਵਨਾ ਤੇ ਵੀ ਵਿਸਤਾਰ ਦੇ ਨਾਲ ਚਰਚਾ ਹੋਈ। ਇਹ ਆਮ ਸਹਿਮਤੀ ਸੀ ਕਿ ਆਰਬੇ ਕੇਂਦਰੀ ਬੋਰਡ ਦੀ ਪਿਛਲੀ ਬੈਠਕ ਤੋਂ ਬਾਅਦ ਦੇ ਦੇ ਵਿੱਚ ਮਹਿੰਗਾਈ ਵਧੰਦਾ ਖਤਰਾ ਜ਼ਿਆਦਾ ਵਧਿਆ ਹੈ। ਅਗਲੀ ਖਬਰ ਹੈ ਪੰਜਾਬ ਸਰਕਾਰ ਦਾ ਵੱਡਾ ਫੈਸਲਾ। ਮੋਰਿੰਡਾ ਦੇ ਸਹਿਕਾਰੀ ਖੰਡ ਮੈਲ ਡੀ ਲਾਈਨ ਬੰਦ ਕਰਨ ਦਾ ਆਦੇਸ਼। ਤਾਂ ਦੋਸਤੋ ਚਮਕੌਰ ਸਾਹਿਬ ਦੇ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਦੇ ਸਰਕਾਰ ਨੇ ਮੋਰਿੰਡਾ ਸਹਿਤ ਸਹਿਕਾਰੀ ਖੰਡ ਮੈਲ ਡੀ ਲਾਈਨ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਪੰਜਾਬ 슈ਗਰ ਫੈਟ ਦੇ ਚੇਅਰਮੈਨ ਨਵਦੀਪ ਸੰਘਾ ਜੀਦਾ ਦੇ ਵੱਲੋਂ ਖੰਡ ਮੈਲ ਡੀ ਲਾਈਨ ਨੂੰ ਹਮੇਸ਼ਾ ਦੇ ਲਈ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਤੇ ਆਪ ਦੇ ਬੁਲਾਰੇ ਮਾਲਵਿੰਦਰ ਸੰਘਾ ਕੰਗਣ ਟਵੀਟ ਕਰਕੇ ਇਸ ਸਬੰਧੀ ਜਾਣਕਾਰ ਦਿੱਤੀ ਹੈ ਉਹਨਾਂ ਨੇ ਕਹਿ ਕੇ ਪੁਰਾਣੀਆਂ ਸਰਕਾਰਾਂ ਨੇ ਆਪਣੇ ਚਿਹਤਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਡੀ ਲਾਈਨ ਬਣਾਈ ਸੀ ਪਰ ਪੰਜਾਬ ਦੇ ਮੌਜੂਦਾ ਆਪ ਸਰਕਾਰ ਨੇ ਛੋਟੇ ਕਿਸਾਨ ਦੇ ਨਾਲ ਕੀਤੇ ਜਾ ਰਹੇ ਵਿਕਤਕਰੇ ਨੂੰ ਦੇਖਦੇ ਹੋਏ ਇਹ ਕਾਰਵਾਈ ਕੀਤੇ ਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਹਮੇਸ਼ਾ ਸਾਰਿਆਂ ਨੂੰ ਬਰਾਬਰ ਅਧਿਕਾਰ ਦਿੱਤੇ ਹਨ ਤੇ ਆਪ ਆਗੂ ਮਾਲਬਿੰਦਰ ਸਿੰਘਾ ਕੰਗਣੇ ਕਾ ਕੇ ਚਰਨਜੀਤ ਸਿੰਘ ਚੰਨੀ ਨੂੰ ਨਾਲ ਲੈ ਕੇ ਮਾਮਲਾ ਸੁਲਝਾ ਲਿਆ ਗਿਆ ਤੇ ਇਸ ਦੌਰਾਨ ਆਮ ਆਦਮੀ ਪਾਰਟੀ ਹਲਕਾ ਚਮਕੌਰ ਸਾਹਿਬ ਦੀ ਸਮੁੱਚੀ ਲੀਡਰਸ਼ਿਪ ਵੀ ਹਾਜ਼ਰ ਸੀ ਅੱਜ ਹਲਕਾ ਚਮਕੌਰ ਸਾਹਿਬ ਦੇ ਕਿਸਾਨਾਂ ਦੇ ਚਿਰੋਕਣੀ ਮੰਗ ਪੂਰੀ ਕਰਦ ਸੰਕਾਰੀ ਖਾਂਡ ਮਹਿਲਾ ਮੋਰੈਂਡਾ ਵਿਖੇ ਡੀ ਲਾਈਨ ਨੂੰ ਮੁਕੰਮਲ ਤੌਰ ਤੇ ਬੰਦ ਕਰਨ ਦੇ ਲਈ ਸਬੰਧਤ ਦੇਸ਼ਾਂ ਨਿਰਦੇਸ਼ ਜਾਰੀ ਕੀਤੇ ਗਏ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਹੜਪੀੜ ਤਾਂ ਦੇ ਲਈ ਹੁਣ ਤੱਕ 285 ਕਰੋੜ ਰੁਪਏ ਦੀ ਰਾਹਤ ਅਰਾਸ਼ੀ ਕੀਤੀ ਗਈ ਜਾਰੀ ਪੰਜਾਬ ਦੇ ਮਾਲ ਮੜਬ ਸੇਵਾ ਤੇ ਆਪਤਾ ਪ੍ਰਬੰਧਨ ਮੰਤਰੀ ਬ੍ਰਹਮਸ਼ੰਕਰ ਜਿੰਪਣ ਦੱਸਿਆ ਕਿ 31 ਅਗਸਤ ਤੱਕ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਦੇ ਲਈ ਸਾਰੇ 23 ਜ਼ਿਲ੍ਹਿਆਂ ਨੂੰ 285.32 ਕਰੋੜ ਰੁਪਏ ਦੇ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਰਾਹਤ ਰਾਸ਼ੀ ਜੋਗਾ ਲੋਕਾਂ ਨੂੰ ਪਾਰਦਰਸ਼ੀ ਅਤੇ ਨਿਰਬਿਘਨ ਤਰੀਕੇ ਦੇ ਨਾਲ ਵੰਡੀ ਜਾਵੇ। ਇਸ ਤੋਂ ਇਲਾਵਾ ਮੁਆਵਜ਼ੇ ਦੇ ਅਵਾਰਡ ਵਿੱਚ ਪ੍ਰਭਾਵਕਾਰਾਂ ਦੀ ਕੋਈ ਸਿਫਾਰਿਸ਼ ਜਾਂ ਪੱਕਾ ਨਹੀਂ ਹੋਣਾ ਚਾਹੀਦਾ ਤੇ ਯੋਗਤਾ ਦੇ ਆਧਾਰ ਤੇ ਯੋਗਾ ਵਿਅਕਤੀਆਂ ਨੂੰ ਹੀ ਮਾਅਬਜ਼ਾ ਦਿੱਤਾ ਜਾਣਾ ਚਾਹੀਦਾ ਜਿੰਪਾ ਨੇ ਕਿਹਾ ਹੈ ਕਿ ਜਿਵੇਂ ਹੀ ਜੁਲਾਈ ਮਹੀਨੇ ਵਿੱਚ ਤਹੜਾਂ ਦੇ ਖਤਰੇ ਦੀਆਂ ਰਿਪੋਰਟਾਂ ਮਿਲੀਆਂ ਸਨ ਅਗਾਹੂ ਰਾਹਤ ਵਜੋਂ 33 ਕਰੋੜ ਰੁਪਏ ਜਾਰੀ ਕੀਤੇ ਗਏ ਸਨ ਇਸ ਤੋਂ ਬਾਅਦ ਪ੍ਰਭਾਵਿਤ ਜ਼ਿਲ੍ਹਿਆਂ ਤੇ ਕੁੱਝ ਵਿਭਾਗਾਂ ਨੂੰ ਸਮੇਂ-ਸਮੇਂ ਤੇ ਰਾਹਤ ਫਾਂਡਾ ਜਾਰੀ ਕੀਤੇ ਗਏ ਹਨ 1 ਅਗਸਤ ਨੂੰ ਨੁਕਸਾਨੀ ਗਈ ਚੁੰਨੜੇ ਫਸਲ ਦੇ ਲਈ ਕਿਸਾਨਾਂ ਨੂੰ ਰਾਹਤ ਦੇਣ ਦੇ ਲਈ 186 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਗਈ ਸੀ ਇਹ ਪਹਿਲੀ ਵਾਰ ਹੈ ਕਿ ਕੋਈ ਵੀ ਸਰਕਾਰ ਨੁਕਸਾਨੀ ਗਈ ਝੋਨੇ ਦੇ ਪਨੇਰੇ ਦੇ ਲਈ 800 ਰੁਪਏ ਪ੍ਰਤੀ ਏਕੜ ਮੁਆਵਜ਼ਾ ਰਾਸ਼ੀ ਦੇ ਰਹੀ ਹੈ ਤੇ ਇਸ ਤੋਂ ਇਲਾਵਾ ਮਨੁੱਖੀ ਜਾਨਾਂ ਜਾਨਵਰਾਂ ਅਤੇ ਘਰਾਂ ਦੇ ਨੁਕਸਾਨ ਦੇ ਲਈ ਵੀ ਰਾਹਤ ਰਾਸ਼ੀ ਦਿੱਤੀ ਜਾ ਰਹੀ ਹੈ ਪਟਵਾਰੀਆਂ ਦੇ ਨਹਿਲੇ ਤੇ ਸੀਮ ਭਗਵੰਤ ਮਾਨ ਦਾ ਦੇਲਾ ਹੜਤਾਲ ਦੇ ਧਮਕੇ ਮਗਰੋਂ ਖੇਡਿਆ ਵੱਡਾ ਦਾ ਮੱਖ ਮੰਤਰੀ ਭਗਵੰਤ ਮਾਨ ਤੇ ਪਟਵਾਰੀਆਂ ਵਿਚਾਲੇ ਖੜਕ ਗਏ ਆ ਦੂਮਾ ਤਿਰਨੇ ਵੱਲੋਂ ਨਰਮਾ ਪੈਣ ਦੀ ਬਜਾਏ ਤਿੱਖੇ ਤੇਵਰਾ ਬਖਾਏ ਜਾ ਰਹੇ ਹਨ ਪੰਜਾਬ ਸਰਕਾਰ ਦੇ ਵੱਲੋਂ ਇਸ ਮਾ ਲਾਉਣ ਮਗਰੋਂ ਪਟਵਾਰੀਆਂ ਨੇ ਬਾਧੂ ਚਾਰਜ ਵਾਲਾ ਕੰਮ ਛੱਡ ਦਿੱਤਾ ਤਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਤਿੱਖਾ ਬਾਰ ਕਰਦਿਆਂ ਵੱਡਾ ਐਲਾਨ ਕਰ ਦਿੱਤਾ ਹੈ ਸੀਐਮ ਭਗਵੰਤ ਮਾਨ ਨੇ 741 ਨੰਮੇ ਪਟਵਾਰੀਆਂ ਨੂੰ ਫੀਲਡ ਵਿੱਚ ਉਤਾਰਿਆ ਹੋਰ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਪਟਵਾਰੀਆਂ ਦੀ ਹਾਜ਼ਰੀ ਬਾਇਓਮੈਟ੍ਰਿਕ ਤਰੀਕੇ ਦੇ ਰਾਹੀਂ ਲਾਉਣ ਦੀ ਹਦਾਇਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕਈ ਪਟਵਾਰੀਆਂ ਨੇ ਅੱਗੇ ਬੰਦੇ ਰੱਖੇ ਹੋਏ ਹਨ ਤੇ ਉਹ ਦਫ਼ਤਰ ਆਉਂਦੇ ਹੀ ਨਹੀਂ ਅਤੇ ਹੋਰ ਕੰਮ ਕਰਦੇ ਹਨ ਤੇ ਇਸ ਦੇ ਲਈ ਬਾਇਓਮੈਟ੍ਰਿਕ ਲਾਜ਼ਮੀ ਕੀਤੀ ਜਾ ਰਹੀ ਹੈ ਦਰਅਸਲ ਪੰਜਾਬ ਦੇ ਵਿੱਚ ਪਟਵਾਰੀਆਂ ਤੇ ਸਰਕਾਰ ਵਿਚਾਲੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਜਦੋਂ ਭਗਵਾਨਤਮਾਨ ਸਰਕਾਰ ਨੇ ਪਟਵਾਰੀਆਂ ਦੀ ਕਲਮ ਛੋੜਾ ਹੜਤਾਲ ਨੂੰ ਖਤਮ ਕਰਵਾਉਣ ਦੇ ਲਈ ਸਵੇ ਪਰ ਦੇ ਵਿੱਚ ਅਸਮਾ ਐਕਟ ਲਾਗੂ ਕੀਤਾ ਤਾਂ ਪਟਵਾਰੀਆਂ ਨੇ ਸਿਰਫ ਆਪਣੇ ਸਰਕਲਾਂ ਵਿੱਚ ਹੀ ਕੰਮ ਕਰਨ ਦਾ ਐਲਾਨ ਕਰ ਦਿੱਤਾ ਸਰਕਾਰ ਤੇ ਦਬਾਅ ਬਣਾਉਣ ਦੇ ਲਈ ਪਟਵਾਰੀਆਂ ਨੇ ਆਪਣੇ ਕੋਲ ਬਾਹਦੂ ਸਰਕਲਾਂ ਦਾ ਕੰਮ ਛੱਡ ਦਿੱਤਾ ਅਗਲੀ ਖਬਰ ਸਰਕਾਰੀ ਅਧਿਆਪਕਾਂ ਦੇ ਵੱਲੋਂ ਕਲਾਸ ਰੂਮ ਦੇ ਵਿੱਚ ਫਾਹ ਲੈ ਕੇ ਕੀਤੀ ਖੁਦਕੁਸ਼ੀ ਲੁਧਿਆਣਾ ਦੇ ਮਾਚੀਬਾੜਾ ਸਾਹਿਬ ਦੇ ਪਿੰਡਾਂ ਪੰਜਗਰਾਈਆਂ ਵਿਖੇ ਪ੍ਰਾਇਮਰੀ ਸਕੂਲ ਦੇ ਇੱਕ ਅਧਿਆਪਕਾ ਸਿਮਰਨਜੀਤ ਕੌਰ ਨੇ ਕਲਾਸਰੂਮ ਦੇ ਵਿੱਚ ਆ ਪੱਕੇ ਦੇ ਨਾਲ ਚੁੰਨੀ ਬੰਨ ਕੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ ਮ੍ਰਿਤਕ ਅਧਿਆਪਕਾ ਦੀ ਪਛਾਣ ਸਿਮਰਨਜੀਤ ਕੌਰ ਵਜੋਂ ਹੋਈ ਹੈ ਤੇ ਫਿਲਹਾਲ ਖੁਦਕੁਸ਼ੀ ਦੇ ਕਾਰਨ ਦਾ ਪਤਾ ਲੱਗਣਾ ਬਾਕੀ ਹੈ ਤੇ ਪੁਲਿਸ ਦੇ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਅੱਜ ਤੋਂ ਨਹੀਂ ਚੱਲਣਗੇ 15 ਸਾਲ ਪੁਰਾਣੇ ਡੀਜ਼ਲ ਤੇ ਪੈਟਰੋਲ ਆਟੋ ਜਲ ਸਖਤ ਕਾਰਵਾਈ ਦੇ ਨਿਰਦੇਸ਼ ਪ੍ਰਸ਼ਾਸਕ ਤੇ ਕਮਿਸ਼ਨਰ ਨਗਰ ਨਗਮਾ ਰਾਹੁਲ ਦੇ ਵੱਲ ਇੱਕਾ ਮਤੇ ਦੇ ਰਾਈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਮ ਜਨਤਾ ਤੇ ਆਉਣ ਵਾਲੇ ਸ਼ਰਧਾਲੀਆਂ ਨੂੰ ਬਾਧ ਰਹਿ ਪ੍ਰਦੂਸ਼ਣ ਤੇ ਟ੍ਰੈਫਿਕ ਜਾਮ ਤੋਂ ਰਾਹਤ ਦਿਵਾਉਣ ਦੇ ਲਈ ਨਗਮ ਮhdud ਦੇ ਵਿੱਚ 15 ਸਾਲ ਪੁਰਾਣੇ ਡੀਜ਼ਲ ਅਤੇ ਪੈਟਰੋਲ ਆਟੋ ਦੇ ਚੱਲਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ ਪ੍ਰਸ਼ਾਸਕ ਤੇ ਕਮਿਸ਼ਨਰ ਨਗਰ ਨਗਮਾ ਰਾਹੁਲ ਦੇ ਵੱਲ ਇੱਕ ਪ੍ਰੈਸ ਨੋਟ ਦੇ ਵਿੱਚ ਦੱਸਿਆ ਗਿਆ ਕਿ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਅਧੀਨ ਚੱਲ ਰਹੇ ਰਾਹੀ ਸਕੀਮ ਦੇ ਤਹਿਤ ਪੁਰਾਣੇ ਡੀਜ਼ਲ ਆਟੋ ਨੂੰ ਈ ਆਟੋ ਦੇ ਨਾਲ ਬਦਲਿਆ ਜਾਣਾ ਹੈ ਤੇ ਪਹਿਲੇ ਪੜਾਰੇ ਵਿੱਚ ਇਹ ਕਾਰਵਾਈ 15 ਸਾਲ ਪੁਰਾਣੇ ਡੀਜ਼ਲ ਆਟੋ ਨੂੰ ਬਦਲਣ ਦੇ ਲਈ ਅਮਲ ਦੇ ਵਿੱਚ ਚੱਲਣ ਦੀ ਜਾਰੀ ਹੈ। ਇਸ ਵਾਸਤੇ ਪ੍ਰਸ਼ਾਸਨ ਨੇ 15 ਸਾਲ ਪੁਰਾਣੇ ਡੀਜ਼ਲ ਆਟੋ ਚ ਚਾਲਕਾਂ ਨੂੰ 1 ਅਗਸਤ 2023 ਤੱਕ ਦਾ ਸਮਾਂ ਦੇਣ ਦੇ ਬਦਲੇ ਸਟਿੱਕਰ ਵੀ ਜਾਰੀ ਕੀਤੇ ਸਨ। ਵਿਭਾਗ ਦੇ ਵੱਲੋਂ ਸਾਰੇ ਸ਼ਰਧ ਬੈਚਾਂ 'ਚ ਹੋਰਡਿੰਗ ਲਾ ਕੇ ਪਹਿਲੇ ਪੜਾ ਦੇ ਅਧਿਨੇ 15 ਸਾਲ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ 1 ਅਕਤੂਬਰ 2023 ਤੱਕ ਇਹ ਆਟੋ ਲੈਣ ਦੇ ਲਈ ਚੇਤਾਇਆ ਗਿਆ ਤੇ ਜਾਣਕਾਰ ਦਿੱਤੀ ਗਈ ਕਿ 1 ਸਤੰਬਰ 2023 ਤੋਂ ਇਨਾਂ 15 ਸਾਲ ਪੁਰਾਣੇ ਡੀਜ਼ਲ ਆਟੋ ਦੇ ਬਰਾਦਾ ਇਨਫੋਰਸਮੈਂਟ ਦੀ ਕਾਰਵਾਈ ਹਰ ਹਾਲਤ ਵਿੱਚ ਕੀਤੀ ਜਾਣੀ ਲਾਜ਼ਮੀ ਹੈ ਤੇ ਹੁਣ ਇਹ ਸਮਾਂ 1 ਅਕਤੂਬਰ 2023 ਨੂੰ ਪੂਰਾ ਹੋ ਚੁੱਕਿਆ ਹੈ। ਅਗਲੀ ਖਬਰ ਇਸ ਮਹੀਨੇ ਤੱਕ ਆ ਸਕਦੀ ਹੈ ਕਿਸਾਨ ਸਨਮਾਨ ਨਿਦੇ ਦੇ 15ਵੇਂ ਕੈਸ ਦਾ ਜੇ ਤੁਸੀਂ ਵੀ ਇੱਕ ਕਿਸਾਨ ਹੋ ਅਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਦੀ 15ਵੇਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਇੱਕ ਅਹਿਮ ਖਬਰ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੇ ਤਹਿਤ ਕਿਸਾਨ ਨੂੰ ਇੱਕ ਸਾਲ ਦੇ ਵਿੱਚ 6000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਤੇ ਇਹ ਰਕਮ 4 ਮਹੀਨਾ ਦੇ ਅੰਤਰਾਲ ਤੇ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੀ ਜਾਂਦੀ ਹੈ ਇਹ ਰਕਮ 3 ਕਿਸ਼ਤਾਂ ਦੇ ਰੂਪ ਦੇ ਵਿੱਚ ਹੈ 2-2000 ਰੁਪਏ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਂਦੇ ਹੁਣ ਤੱਕ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਖਾਤੇ ਵਿੱਚ 14 ਕਿਸ਼ਤਾਂ ਭੇਜੀਆਂ ਜਾ ਚੁੱਕੀਆਂ ਹਨ ਜਦਕਿ 15ਵੀਂ ਕਿਸ਼ਤ ਦਾ ਲਾਈਬੀਰ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਰਜਿਸਟ੍ਰੇਸ਼ਨ ਕਰਦੇ ਸਮੇਂ ਕੁਝ ਗੱਲਾਂ ਦਾ ਰੱਖੋ ਖਾਸ ਧਿਆਨ ਜੇਕਰ ਤੁਸੀਂ ਵੀ ਪ੍ਰਧਾਨ ਮੰਤਰੀ ਕਿਸਾਨ ਜੋ ਇਹਨਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਰਜਿਸਟ੍ਰੇਸ਼ਨ ਕਰਦੇ ਸਮੇਂ ਕੁਝ ਗੱਲਾਂ ਦਾ ਖਾਸ ਧਿਆਨ ਰੱਖੋ ਕਿਸਾਨ ਭਰਾਵਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਭਰੇ ਬਿਨੇ ਪੱਤਰ ਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਆਰ ਜੇ ਫਾਰਮ ਵਿੱਚ ਨਾਮ ਦੀ ਗਲਤ ਤੇ ਲਿੰਗ ਗਲਤ ਤੇ ਆਧਾਰ ਨੰਬਰ ਗਲਤ ਜਾਂ ਪਤਾ ਆਦ ਦਾ ਗਲਤ ਨਹੀਂ ਹੋਣੀ ਚਾਹੀਦੀ ਇਸ ਨੂੰ ਇੱਕ ਵਾਰ ਜਾਂ ਦੋ ਵਾਰ ਚੈੱਕ ਕਰੋ ਨਹੀਂ ਤਾਂ ਤੁਸੀਂ ਸਕੀਮ ਦੇ ਲਾਭਾਂ ਤੋਂ ਵਾਂਝੇ ਰਹਿ ਸਕਦੇ ਹੋ ਕਿਸਾਨ ਭਰਾਵਾਂ ਨੂੰ ਆਪਣੇ ਬੈਂਕਾ ਖਾਤੇ ਦੇ ਵੇਰਵੇ ਵੀ ਜਰੂਰ ਦੇਖਣੇ ਚਾਹੀਦੇ ਹਨ ਐਕਰ ਰਿਪੋਰਟਾਂ ਦੇ ਮੁਤਾਬਕ 15ਵੀਂ ਕੈਸਤਾ ਨਵੰਬਰ ਦੇ ਅੰਤ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚ ਸਕਦੀ ਹੈ ਮੀਟਾ ਦਾ ਵੱਡਾ ਫੈਸਲਾ ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਲਈ ਦੇਣੇ ਪਣਗੇ ਪੈਸੇ ਸ਼ੁਰੂ ਹੋਈ ਪੇਡ ਸਰਵਿਸ ਜੇਕਰ ਤੁਸੀਂ ਵੀ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਮੀਟਾ ਨੇ ਆਪਣੇ ਦੋ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਫੀਸ ਆਧਾਰਤ ਬਣਾਉਣ ਦਾ ਫੈਸਲਾ ਕੀਤਾ ਹੈ ਜਾਣੇ ਕਿ ਹੁਣ ਤਾਂ ਤੁਹਾਨੂੰ ਫੇਸਬੁੱਕ ਅਤੇ ਇੰਸਟਾਗ੍ਰam ਦੇ ਵਰਤੋਂ ਕਰਨ ਲਈ ਪੈਸੇ ਖਰਚ ਕਰਨੇ ਪੈਣਗੇ। ਰਿਪੋਰਟ ਦੇ ਮੁਤਾਬਕ ਮੀਟਾ ਨੇ ਫਿਲਹਾਲ ਯੂਰਪ ਦੇ ਲਈ ਇਹ ਫੈਸਲਾ ਲਿਆ ਹੈ ਰਿਪੋਰਟ ਦੇ ਵਿੱਚ ਆ ਦਾਵਾ ਕੀਤਾ ਜਾ ਰਿਹਾ ਹੈ ਕਿ ਮੀਟਾ ਨੇ ਵਿਗਿਆਪਨ ਅਤੇ ਪ੍ਰਾਈਵੇਸੀ ਨੂੰ ਲੈ ਕੇ ਯੂਰਪੀ ਸੰਘ ਦੇ ਲਗਾਤਾਰ ਦਬਾਅ ਦੇ ਵਿੱਚ ਕਰ ਇਹ ਫੈਸਲਾ ਲਿਆ ਤੇ ਕੰਪਨੀ ਭਾਰਤ ਵਿੱਚ ਫੇਸਬੁੱਕ ਅਤੇ ਇੰਸਟਾਗ੍ਰam ਦੇ ਪੇਡਾ ਵਰਜਨ ਨੂੰ ਵੀ ਲਾਂਚ ਕਰ ਸਕਦੇ ਹਾਲਾਂਕਿ ਇਸ ਬਾਰੇ ਹਜੇ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਯੂਰੋਪੀਅਨ ਯੂਨੀਅਨ ਦੇਸ਼ਾਂ ਦੇ ਉਪਭੋਗਤਾਵਾਂ ਲਈ ਦੋ ਸੇਵਾਵਾਂ ਹੋਣਗੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਭੁਗਤਾਨ ਕੀਤਾ ਜਾਵੇਗਾ ਦੂਜੀ ਮੁਫਤ ਹੋਵੇਗੀ ਘਰ ਬਣਾਉਣਾ ਹੋਇਆ ਹੋਰ ਮਹਿੰਗਾ ਸਿਮਿੰਟ ਦੀ ਬੋਰੀ ਦੀ ਕੀਮਤ ਵਿੱਚ ਹੋਇਆ ਇਨਰ ਪੈਸ ਦਾ ਵਾਦਾ ਘਰ ਬਣਾਉਣਾ ਹੋਣਾ ਹੋਰ ਵੀ ਮਹਿੰਗਾ ਹੋ ਗਿਆ ਸਰੀਰਾਂ ਕੀਮਤ ਦੇ ਵਿੱਚ ਵਾਦੇ ਤੋਂ ਬਾਅਦ ਹੁਣ ਸਿਮਿੰਟ ਦੀਆਂ ਕੀਮਤਾਂ ਦੇ ਵਿੱਚ ਅਚਾਨਕ 35 ਤੋਂ 40 ਰੁਪਏ ਪ੍ਰਤੀ ਬੋਰੀ ਦਾ ਵਾਦਾ ਕਰ ਦਿੱਤਾ ਗਿਆ ਹੈ ਇਸ ਕਾਰਨ ਰਿਟੇਲ ਦੇ ਵਿੱਚ ਸੀਮਿੰਟ ਦੀ ਕੀਮਤ 350 ਰੁਪਏ ਪ੍ਰਤੀ ਬੁਰੀ ਪੁੱਜ ਗਈ ਹੈ ਕੰਪਨੀਆਂ ਨੇ ਨਵੀਂ ਦਰ 1 ਸਤੰਬਰ ਤੋਂ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਕਾਰੋਬਾਰੀ ਸੂਤਰਾਂਨ ਕਹਿਣਕਿ ਕੀਮਤਾਂ ਦੇ ਵਾਧੇ ਦੇ ਲਈ ਸੀਮਿੰਟ ਕੰਪਨੀਆਂ ਨੇ ਮਹੜਾ ਘੜਜੂੜਾ ਕਾਲਿਆ ਤੇ ਉਤਪਾਦਨ ਲਾਗਤ ਵਿੱਚ ਵਾਧੇ ਤੇ ਮੰਗ ਦੇ ਵਿੱਚ ਤੇਜ਼ੀ ਦੇ ਨਾਲ ਤੇ ਸੀਮਿੰਟ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਬਾਜ਼ਾਰ ਸੀਮਿੰਟ ਦੀਆਂ ਕੀਮਤਾਂ ਦੇ ਵਿੱਚ ਸਤੇਜੀ ਨੂੰ ਬਿਲਕੁਲ ਵੀ ਸਪੋਰਟ ਨਹੀਂ ਕਰਿਆ ਕਿੰਮਤਾਂ ਦੇ ਵਚਾ ਬਾਅਦ ਦੇ ਨੂੰ ਦੇਖਦੇ ਹੋ ਖਫਤ ਕਰ ਵੀ ਇੰਨੇ ਦਿਨੇ ਖਰੀਦਦਾਰੀ ਤੋਂ ਥੋੜੇ ਅਪੇਚੇ ਹਟਣ ਲੱਗੇ ਹੰਤੇ ਕਿੰਮਤਾਂ ਦੇ ਵਚਾ ਗਰਾਵੜ ਦੇ ਅਡੇਕਾ ਕਰ ਹੰਤੇ ਸਰੀਰੀ ਕੀਮਤ ਵੀ ਇੰਨੇ ਦਿਨੇ 60000 ਰੁਪਏ ਪ੍ਰਤੀ ਟਨ ਤੋਂ ਪਾਰ ਹੋ ਗਈ ਹੈ